ਵਿਰੋਧੀਆਂ ਨੂੰ ਵੱਢ ਕੇ ਮੇਰੇ ਕੋਲ ਆ ਜਾਓ, ਤੁਹਾਨੂੰ ਉਂਗਲ ਨਹੀਂ ਲੱਗਣ ਦੇਵਾਂਗਾ। ਇਹ ਕਹਿਣਾ ਸੀ ਸਨੌਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਹੈਰੀ ਮਾਨ ਦਾ। ਇਸ ਭੜਕਾਊ ਬਿਆਨ ਤੋਂ ਬਾਅਦ ਅਕਾਲੀ ਦਲ ਨੇ ਕਾਂਗਰਸ ਨੂੰ ਲੰਬੇ ਹੱਥੀਂ ਲਿਆ। ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਬਿਆਨ 'ਤੇ ਬੋਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਹ ਇਸ ਮਾਮਲੇ 'ਤੇ ਕਦੋਂ ਐਕਸ਼ਨ ਲੈਣਗੇ। ਮੀਡੀਆ 'ਚ ਵੀਡੀਓ ਵਾਇਰਲ ਹੋਈ ਆ, ਉਹਦੇ 'ਚ ਸ਼ਰੇਆਮ ਇੱਕ ਕਾਂਗਰਸੀ ਨੇਤਾ ਇਹ ਧਮਕੀਆਂ ਦੇ ਰਿਹਾ, ਉਕਸਾ ਰਿਹਾ, ਬਲਕਿ ਧਮਕੀਆਂ ਨੇ ਉਕਸਾ ਰਿਹਾ ਕਾਂਗਰਸੀ ਵਰਕਰਾਂ ਨੂੰ ਕਿ ਅਕਾਲੀਆਂ ਦੇ ਸਿਰ ਵੱਢ ਕੇ ਮੇਰੇ ਕੋਲ ਆ ਜਾਓ, ਤੁਹਾਡਾ ਬਾਲ ਗੰਗਾ ਨਹੀਂ ਹੋਣ ਦਿੱਤਾ ਜਾਊਗਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਉਹਨਾਂ ਦੇ ਸੰਬੰਧ ਨੇ। ਸੋ ਅੱਜ ਇਹ ਗੱਲ ਅਸੀਂ ਕੈਪਟਨ ਸਾਹਿਬ ਤੋਂ ਪੁੱਛਣਾ ਚਾਹੁੰਦੇ ਹਾਂ ਵੀ ਇਹ ਇਸ ਕਿਸਮ ਦੀ ਅਰਾਜਕਤਾ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਆਗਿਆ ਗਲਤ ਅਨਸਰਾਂ ਨੂੰ ਕੀ ਤੁਸੀਂ ਕਾਂਗਰਸੀ ਨੇਤਾਵਾਂ ਨੂੰ ਦਿੱਤੀ ਆ? ਜੇ ਨਹੀਂ ਦਿੱਤੀ ਤਾਂ ਉਹਨਾਂ ਵਿਰੁੱਧ ਐਕਸ਼ਨ ਲਓ ਕਾਨੂੰਨ ਮੁਤਾਬਕ, ਤੇ ਜੇ ਕਾਨੂੰਨ ਮੁਤਾਬਕ ਐਕਸ਼ਨ ਨਹੀਂ ਲਓਗੇ ਇਟ ਮੀਨਸ ਤੁਸੀਂ ਆਪਣੇ ਘਰ ਨੂੰ ਆਪ ਲਾਂਬੂ ਲਾਉਣ ਲੱਗੇ ਹੋ। ਪੰਜਾਬ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਸੰਭਾਲਿਆ, ਪੰਜਾਬ ਦੇ ਵਿੱਚ ਅਮਨ ਭਾਈਚਾਰਾ ਸਦਭਾਵਨਾ ਕਾਇਮ ਰੱਖਣਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜ਼ਿੰਮੇਵਾਰੀ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਾਰਟੀ ਦਾ ਕੋਈ ਨੇਤਾ ਸ਼ਰੇਆਮ ਇਹ ਬਿਆਨਬਾਜ਼ੀ ਉਕਸਾਵੇ ਕਾਂਗਰਸੀ ਲੋਕਾਂ ਨੂੰ ਔਰ ਕਾਂਗਰਸ ਜ਼ਿੰਦਾਬਾਦ ਦੇ ਨਾਅਰੇ ਲਵਾਵੇ ਕਿ ਅਕਾਲੀਆਂ ਦੇ ਗਲ ਕੱਟ ਕੇ ਆਓ, ਤੁਹਾਡਾ ਬਾਲ ਗੰਗਾ ਨਹੀਂ ਹੋਣ ਦਿੱਤਾ ਜਾਊਗਾ, ਇਹ ਤੋਂ ਵੱਡੀ ਅਰਾਜਕਤਾ, ਇਹ ਤੋਂ ਵੱਡਾ ਘਰ ਨੂੰ ਲਾਂਬੂ ਲਾਉਣ ਵਾਲੀ ਗੱਲ ਕੋਈ ਹੋ ਨਹੀਂ ਸਕਦੀ। ਅੱਜ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਇਮਤਿਹਾਨ ਆ, ਜਾਂ ਤਾਂ ਉਹ ਐਸੇ ਅਨਸਰਾਂ ਨੂੰ ਨੱਥ ਪਾਉਣ, ਇਹਨਾਂ ਵਿਰੁੱਧ ਬਣਦਾ ਐਕਸ਼ਨ ਲੈਣ, ਕੇਸ ਦਰਜ ਕਰਾਉਣ, ਅਦਰਵਾਈਜ਼ ਤਾਂ ਸਪਸ਼ਟ ਹੋਏਗਾ ਕਿ ਉਹ ਇਹਨਾਂ ਅਨਸਰਾਂ ਨੂੰ ਆਪ ਸ਼ਹਿ ਦੇ ਰਹੇ ਨੇ। ਇਸ ਸੰਬੰਧੀ ਸਾਂਸਦ ਚੰਦੂ ਮਾਜਰਾ ਨੇ ਹੈਰੀ ਮਾਨ 'ਤੇ ਕਾਰਵਾਈ ਦੀ ਮੰਗ ਕੀਤੀ ਹੈ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ।